9 ਪਲੇਟਾਂ, ਉਹਨਾਂ ਦਾ ਸਟੈਂਡ, ਇਨਵਰਟਰ, 2 ਬੈਟਰੀਆਂ, ਐਸੈਸਰੀ ਸਮਾਨ ਵਿਦ ਲੇਬਰ ਵਿਦ ਕੇਬਲ ਘਰ ਦੀ ਦਹਿਲੀਜ਼ ਤੇ ਲਾ ਕੇ ਆਓਗੇ? ਲਾ ਕੇ ਆਵਾਂਗੇ ਸਾਰਾ। 5 ਲੱਖ ਚ ਪੈਕੇਜ? 5 ਲੱਖ ਦੇ ਵਿੱਚ ਪੈਕੇਜ। ਅਸਲਾਮ ਅਲੈਕੁਮ। ਲਓ ਜੀ, ਇੱਕ ਨਵਾਂ ਪੈਕੇਜ, ਸੋਲਰ ਸਸਤਾ ਤੇ ਚੰਗਾ ਪੈਕੇਜ। ਤੁਸੀਂ ਆਪਦੇ ਉਹਨਾਂ ਕਿਸਾਨ ਇਹੀ ਦਾ ਪੈਕੇਜ ਲੱਭੇ ਜਿਹਦੇ ਵਿੱਚ ਉਹ ਚੰਗਾ ਇਨਵਰਟਰ ਤੇ ਬੈਟਰੀਆਂ ਚੰਗੀਆਂ ਤੇ ਕੰਮ ਜਿਹੜਾ ਚੰਗਾ ਚੱਲੇ। ਸਾਡੇ ਨਾਲ ਬਾਈ ਮੌਜੂਦ ਨੇ, ਆਪਦੇ ਨੂੰ ਕਿ ਸਾਡੇ ਕੋਲ ਕੋਪਨੀ ਦਾ ਇਨਵਰਟਰ, ਤੁਸੀਂ ਚਾਈਨਾ ਦੇ ਮੰਗਦੇ ਹੋ ਸਸਤੇ ਤੇ ਕੋਪਨੀ ਦਾ ਸਸਤਾ ਦੇ ਰਹੇ, ਇੰਪੋਰਟਡ ਦਿਨ ਰਾਤ ਚੱਲਣ ਵਾਲਾ। ਸਭ ਤੋਂ ਪਹਿਲਾਂ ਨਾਂ ਦੱਸੋ। ਅਲੀ ਹਸਨ। ਅਲੀ ਹਸਨ ਇਹ ਕਿਹੜੀ ਜਗ੍ਹਾ ਤੋਂ ਖਲਿਆ ਸੀ? ਇਹ 5 ਬਲਾਕ ਤਸਲੀ ਵਾਲੀ ਗਲੀ ਸਰਗੋਦਾ, ਨਿਊ ਸਰਗੋਦਾ ਸੋਲਰ ਐਨਰਜੀ ਐਂਡ UPS ਇਲੈਕਟ੍ਰੋਨਿਕਸ। ਬਾਈ ਜੀ, ਅਗਰ ਸਰਗੋਦਾ ਹੀ ਮੌਜੂਦ ਹੋ ਤਾਂ ਸਿਰਫ ਸਰਗੋਦਾ ਇਲੈਕਟ੍ਰੋਨਿਕਸ ਜਾਂ ਸੋਲਰ ਦੀ ਦੁਕਾਨ ਉਸ ਤੇ ਆਣਾ ਹੈ। ਸਾਡੇ ਨਾਲ ਬਾਈ ਮੌਜੂਦ ਹੈ। ਬਾਈ ਜੀ, ਆਪਣਾ ਨਾਂ ਕੀ ਦੱਸਿਆ? ਅਲੀ ਹਸਨ। ਅਲੀ ਹਸਨ, ਅਲੀ ਹਸਨ ਇਹ ਕਿਹੜੀ ਚੀਜ਼ ਹੈ? ਇਹ ਬਾਈ ਜਾਨ ਇਨਵਰਟਰ ਹੈ। ਇਹ ਲੋਕਲ ਹੈ ਜਾਂ ਇੰਪੋਰਟਡ ਇਨਵਰਟਰ ਹੈ? 5 ਸਾਲ ਵਾਰੰਟੀ ਦੇ ਵਿੱਚ। 5 ਸਾਲ ਵਾਰੰਟੀ ਦੀ ਹੈ? ਜੀ ਹਾਂ, 5 ਸਾਲ ਵਾਰੰਟੀ ਹੈ। ਲੋਕ 5 ਮਹੀਨੇ ਦੇ ਦਿੰਦੇ, 5 ਸਾਲ ਇਸਦੀ ਵਾਰੰਟੀ ਦੇ। ਇਹਦੇ ਨਾਲ ਇਹ ਕਿੰਨੇ ਦੇ ਰਹੇ ਪੈਕੇਜ? ਸਾਰਾ ਸਾਰਾ ਪੈਕੇਜ 5 ਲੱਖ ਰੁਪਏ ਚ। 5 ਲੱਖ ਦੇ ਵਿੱਚ 9 ਪਲੇਟਾਂ, ਉਹਨਾਂ ਦਾ ਸਟੈਂਡ, ਇਨਵਰਟਰ, 2 ਬੈਟਰੀਆਂ, ਐਸੈਸਰੀ ਸਮਾਨ ਵਿਦ ਲੇਬਰ ਵਿਦ ਕੇਬਲ ਘਰ ਦੀ ਦਹਿਲੀਜ਼ ਤੇ ਲਾ ਕੇ ਆਓਗੇ? ਲਾ ਕੇ ਆਵਾਂਗੇ ਸਾਰਾ। 5 ਲੱਖ ਚ ਪੈਕੇਜ? 5 ਲੱਖ ਦੇ ਵਿੱਚ ਪੈਕੇਜ। ਅੱਛਾ, ਇਹ ਇਨਵਰਟਰ ਕਿਹੜੀ ਕੰਪਨੀ ਦਾ? ਜਿਉਨੇ ਕੰਪਨੀ, ਬੜੀ ਮਸ਼ਹੂਰ ਕੰਪਨੀ ਹੈ ਜਿਉਨੇ। ਇਸ ਤੇ ਚੱਲੇਗਾ ਕੀ ਕੀ? ਇਹਦੇ ਤੇ 2 AC ਜੀ, 1 ਫ੍ਰਿਜ ਜੀ, ਮੋਟਰ, ਪੰਖੇ, ਲਾਈਟਾਂ, 2 AC ਚੱਲਣਗੇ ਭਾਈ ਜਾਨ ਇਹਦੇ ਤੇ। ਤੇ ਤੁਸੀਂ ਅੱਗੇ ਦੱਸਦੇ ਪਿਓ ਕਿ ਗੈਸ ਦੀ, ਜਿੱਥੇ ਗੈਸ ਹੋਈ ਉੱਥੇ ਖਾਣਾ ਬਣਾਉਣ ਵਾਲਾ ਵੀ ਚੱਲਦਾ ਹੈ? ਹਾਂਜੀ, ਇਹਦੇ ਤੇ ਉਹ 1000 ਵਾਟ ਵਾਲਾ ਚੁੱਲ੍ਹਾ ਆਇਆ ਖਾਣਾ ਬਣਾਉਣ ਵਾਲਾ, ਉਹ ਵੀ ਇਹਦੇ ਤੇ ਚਲਾ ਸਕਦੇ। ਲਓ ਜੀ, ਗੈਸ ਦੀ ਜਾਨ ਛੁੱਟ ਗਈ। ਤੁਸੀਂ ਦੱਸਦੇ ਹੋ ਕਿ ਬਿਜਲੀ ਦੇ ਬਿੱਲ ਹੁਣ ਆਉਂਦੇ ਬੜੇ ਤੇ ਹੁਣ ਬਿਜਲੀ ਦੇ ਬਿੱਲਾਂ ਦੇ ਨਾਲ ਨਾਲ ਗੈਸ ਦੀ ਵੀ ਜਾਨ ਛੁੱਟ ਗਈ। ਇਹ ਤਾਂ ਦੋਵੇਂ ਗੈਸ ਤੇ ਬਿਜਲੀ ਤੋਂ ਛੁਟਕਾਰਾ ਦੇ ਰਹੇ ਹੋ ਤੁਸੀਂ? ਬਿਲਕੁਲ ਜੀ, ਇਹ ਤਾਂ ਮੈਂ ਵਿਖਾਣਾ। ਮਾਸ਼ਾਅੱਲਾ। ਲਓ ਜੀ, ਇਹ ਖੋਲ ਦਿੱਤਾ ਸੀ ਪੀਸ, ਇਹ ਲਓ ਜੀ। ਵਾਹ ਜੀ ਵਾਹ, ਇਹ ਤਾਂ ਕੋਈ ਸ਼ੋ ਪੀਸ, ਇਤਨਾ ਖੂਬਸੂਰਤ, ਮਾਸ਼ਾਅੱਲਾ, ਕੀ ਬਾਤ ਹੈ। ਜ਼ਿਓਨਿਕ ਨੇ ਕਮਾਲ ਕਰ ਦਿੱਤਾ ਹੈ, ਇੱਥੇ ਜ਼ਿਓਨਿਕ ਨੇ ਮਨਾ ਦਿੱਤਾ ਹੈ। ਵਾਹ ਜੀ ਵਾਹ। ਲਓ ਜੀ, ਸ਼ਾਪਰ ਵੀ ਲਾ ਕੇ ਵਿਖਾਓ ਨਾ, ਇਹ ਸਾਰੇ ਦਾ ਵਾਰੰਟੀ ਕਾਰਡ ਹੈ। ਲਓ ਜੀ ਵਾਹ, ਮੈਂ ਆਪਦਾ ਕਮਾਲ ਹੋ ਗਿਆ। ਅੱਛਾ, ਇਹ ਲਓ ਜੀ, ਕਿਆ ਖੂਬਸੂਰਤ ਪੀਸ ਹੈ। ਇਹ ਸ਼ੀਸ਼ਾ ਲੱਗਿਆ ਸਾਹਮਣੇ ਜੀ, ਡਾਇਮੰਡ। ਓਏ ਹੋਏ 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 ਹੋਏ, ਮਾਸ਼ਾਅੱਲਾ। ਲਓ ਜੀ, ਵਾਹ ਜੀ ਵਾਹ, ਕਮਾਲ ਹੋ ਗਿਆ। ਇਹ ਲਓ ਜੀ, ਜ਼ਿਓਨਿਕ ਕੰਪਨੀ ਦਾ ਕਿੰਨੇ ਕਿਲੋ ਵਾਟ ਦਾ ਹੈ? ਇਹ PV6500 ਹੈ ਜੀ। PV6500 ਦਾ ਮਾਡਲ, ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ, ਜਿੱਥੇ ਲੱਗਾ ਹੋਵੇ ਇੰਜ ਲੱਗੇਗਾ ਕਿ ਕੋਈ ਗੁਲਦਸਤਾ ਲੱਗਾ ਹੈ। ਬਿਲਕੁਲ ਜੀ, ਇਹ ਡੱਬਾ ਖੁੱਲੇਗਾ। ਲਓ ਜੀ, ਇਹ ਦੱਸੋ ਬਈ, ਇਹ ਇੱਥੇ ਤੁਹਾਡੇ ਕੋਲ ਸਟਾਕ ਮੌਜੂਦ ਹੈ? ਬੜਾ ਸਟਾਕ ਪਿਆ, ਮੈਂ ਆਪਦਾ ਮਨਾ ਦੇ ਥੋੜਾ ਸਾਈਡ ਤੇ। ਮਾਸ਼ਾਅੱਲਾ। ਲਓ ਜੀ, ਇਹ ਦੇਖੋ, ਸਟਾਕ ਪੂਰਾ ਪਿਆ ਭਾਈ ਹੋਰੀ ਕੋਲ। ਭਾਈ ਜੀ, ਇਹ ਦੱਸੋ ਬਈ, ਕੋਈ ਇੱਕ ਇਹ ਚੀਜ਼ ਲੈਣਾ ਚਾਹੇ ਜੀ ਜੀ, ਇਹ ਵੀ ਲੱਭ ਜਾਸੀ? ਇਹ ਵੀ ਮਿਲ ਜਾਏਗੀ, ਇੱਕ ਇੱਕ ਚੀਜ਼ ਵੀ ਲੱਭ ਸਕਦੇ? ਇੱਕ ਇੱਕ ਚੀਜ਼ ਵੀ ਮਿਲ ਜਾਂ ਸਕਦੇ? ਇਹ 5 ਲੱਖ ਦਾ ਜਿਹਨਾਂ ਨੂੰ ਮੱਗ ਦਾ ਪੈਕੇਜ ਲੱਗਦਾ ਪਿਆ ਹੈ ਜੀ, ਉਹ ਦੱਸੋ ਹਰ ਕਿਉਂ ਮੱਗ ਲੱਗ ਰਿਹਾ ਸਰ? ਉਹਦੇ ਵਿੱਚ ਇਹ ਨਾ, ਜੋ ਅਗਰ ਛੋਟਾ ਪੈਕੇਜ ਹੈ ਤਾਂ 3 ਲੱਖ ਵਾਲਾ ਪੈਕੇਜ ਵੀ ਹੈ ਜੀ ਹਾਂ ਸਾਡੇ ਕੋਲ। ਇੱਕ 90 95 ਵਾਲਾ ਤੁਸੀਂ ਦੇ ਰਹੇ ਹੋ? 90 95 ਵਾਲਾ ਵੀ ਪੈਕੇਜ ਦੇ ਰਹੇ ਹੋ? ਉਹ ਚਾਈਨਾ ਦੇ ਦੇ ਤੇ ਉਹ ਸਰ ਲੋਕਲ ਇਨਵਰਟਰ 1 ਲੱਖ 95 ਵਾਲਾ, ਠੀਕ ਹੈ। ਇਹ ਇੰਪੋਰਟਡ ਇਨਵਰਟਰ ਹੈ ਸਰ, ਠੀਕ ਹੈ। ਵਾਹ ਜੀ ਵਾਹ, ਕੀ ਬਾਤ, ਕੀ ਬਾਡੀ ਹੈ, ਮਾਸ਼ਾਅੱਲਾ। 0 ਮੀਟਰ, 5 ਸਾਲ ਵਾਰੰਟੀ, ਤੇ ਤੁਹਾਡੇ ਘਰ ਦੀ ਹਰ ਸ਼ ਚੱਲੇਗੀ? ਸਰ 2 AC ਚੱਲਣਗੇ ਨਾ, ਇਸ ਵਜ੍ਹਾ ਤੋਂ ਮਹਿੰਗਾ ਹੈ। ਅੱਛਾ, ਇਸ ਤੇ 2 AC ਚੱਲਣਗੇ? 2 AC ਚੱਲਣਗੇ, ਕਮਾਲ ਹੋ ਗਿਆ। ਇਸ ਦੇ ਉੱਤੇ ਜਨਾਬ 2 AC ਚੱਲਣਗੇ, ਇਹਨਾਂ ਦਾ ਦਾਵਾ ਹੈ।
ਇਹ ਵੇਖ ਲਿਆ ਬੰਦਿਆਂ ਆ ਜਾਣਾ ਹੈ ਬਾਈ ਤਾਵੇਦਾਰ ਅਸੀਂ ਇਹ ਦੁਕਾਨ ਦੇ ਉੱਤੇ ਆ ਜਾਣਾ ਸਕਰੀਨ ਤੇ ਦੁਕਾਨ ਮੌਜੂਦ ਹੈ ਬੰਦਿਆਂ ਚਿਹਰਾ ਸਾਹਮਣੇ ਬਾਈ ਜੀ ਬੰਦਾ ਗਰੰਟੀ ਦੇ ਰਿਹਾ ਕਹਿ ਰਿਹਾ ਕਿ 5 ਲੱਖ ਦੇ ਵਿੱਚ ਬੈਟਰੀਆਂ ਵੀ ਲੈ ਜਾਓ ਇਨਵਰਟਰ ਵੀ ਲੈ ਜਾਓ ਸੋਲਰ ਪਲੇਟਾਂ ਵੀ ਲੈ ਜਾਓ ਸਟੈਂਡ ਵੀ ਲੈ ਜਾਓ ਤਾਰਾਂ ਡੀਵੀ ਬਾਕਸ ਜਿਹੜੇ ਇਸ ਦੇ ਨਾਲ ਬ੍ਰੇਕਰ ਵੇਖੋ ਮੋਹਰਾ ਦਾ ਬ੍ਰੇਕਰ ਡੀਪੀ ਬਾਕਸ ਵਗੈਰਾ ਲਾ ਵਾਹ ਜੀ ਵਾਹ ਕੀ ਬਾਤ ਹੈ ਤੇ ਬੰਦੇ ਵੀ ਨਾਲ ਜਿਹੜੇ ਜਨਾਬ ਲਾਉਣ ਜਾਂਦੇ ਲੇਬਰ ਦੇ ਵੀ ਵਿੱਚ ਹੀ ਐਮਪਲੋਇਡ ਹੈ ਅੱਛਾ ਜੀ ਸਰ ਖਾਣਾ ਸ਼ਾਣਾ ਖਵਾ ਸਕਦੇ ਨੇ ਬੰਦੇ ਤੁਹਾਡੇ ਲੇਬਰ ਨੂੰ ਜਾਂ ਉਹ ਹੀ ਖਾਣਾ ਵੀ ਅਸੀਂ ਆਪ ਹੀ ਖਾ ਲਾਂਗੇ ਜ਼ਿੰਦਾਬਾਦ ਨਹੀਂ ਇਹ ਨਹੀਂ ਕਰਨਾ ਚਾਹੀਦਾ ਮਹਿਮਾਨ ਨਵਾਜ਼ੀ ਬੜੀ ਕਰਨੀ ਤੁਹਾਡਾ ਕੰਮ ਹੈ ਠੋਕ ਕੇ ਮਹਿਮਾਨ ਨਵਾਜ਼ੀ ਕਰਨੀ ਤੇ ਦਿਲ ਖੁਸ਼ ਹੋ ਗਈ ਸੀ ਵੀਡੀਓ ਨੂੰ ਸ਼ੇਅਰ ਮਾਰੋ ਅਗਰ ਤੁਹਾਨੂੰ ਪੈਕੇਜ ਚਾਹੀਦਾ ਸਕਰੀਨ ਦਾ ਨੰਬਰ ਮੌਜੂਦ ਹੈ ਤੁਸੀਂ ਨਿਊ ਸਰਗੋਦਾ ਸੋਲਰ ਇਹ ਮਾਰਕੀਟ ਦੇ ਵਿੱਚ ਆ ਕੇ ਸਰਗੋਦੇ ਦੀ ਚ ਤੁਸੀਂ ਆ ਕੇ ਲੈ ਸਕਦੇ ਹੋ ਹੁਣ ਚਾਹੁੰਦਾ ਇਜਾਜ਼ਤ ਅਮੀਰ ਮੌਜੂਦ ਚੌਧਰੀ ਮਿਲਦਾ ਅਗਲੀ ਵੀਡੀਓ ਅੱਲਾਹ ਹਾਫਿਜ਼।